ਆਨੰਦ ਨਗਰ ਕੀਰਤਨ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਵੱਲੋਂ ਕੱਢਿਆ ਜਾ ਰਿਹਾ ਹੈ, ਜਿਸ ਦੀ ਅਗਵਾਈ ਪੰਜ ਪਿਆਰੇ ਅਤੇ ਉਹਨਾਂ ਦੇ ਨਾਲ ਭਾਈ ਅਮਰਿੰਦਰ ਸਿੰਘ ਜੀ ਕੰਗ ਪ੍ਰਧਾਨ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਭੈਣਾਂ ਵੀਰ ਸ਼ਰਧਾਲੂ ਅੱਗੇ ਅੱਗੇ ਸਾਫ਼ ਸਫਾਈ ਕਰ ਰਹੇ ਹਨ ਸੜਕਾਂ ਦੀ, ਤਾਂ ਕਿ ਸ਼੍ਰੀ ਗੁਰੂ ਮਹਾਰਾਜ ਜੀ ਬਹੁਤ ਪਵਿੱਤਰਤਾ ਨਾਲ ਹੀ ਇਹਨਾਂ ਗਲੀਆਂ ਮੁਹੱਲਿਆਂ 'ਚ ਲੰਘ ਸਕਣ। ਅਤੇ ਧਰਮਵੀਰ ਨਾਗਪਾਲ, ਟੀਵੀ ਨਿਊਜ਼ ਪੰਜਾਬ। ਸਤਨਾਮ ਸਤਨਾਮ ਜੀ, ਵਾਹਿਗੁਰੂ ਵਾਹਿਗੁਰੂ। ਰਾਜਪੁਰਾ ਟਾਊਨ ਦੇ ਪ੍ਰਧਾਨ ਭਾਈ ਅਮਰਿੰਦਰ ਸਿੰਘ ਜੀ ਕੰਗ ਇਸ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਹਨ। ਅਗਵਾਈ ਤਾਂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੈ, ਫਿਰ ਵੀ ਸ਼ਰਧਾਲੂਆਂ ਨਾਲ ਸੰਗਤ ਦੀ ਮਹੱਤਤਾ ਬੜਦੀ ਹੈ। ਉੱਚਾ ਦਰ ਬਾਬੇ ਨਾਨਕ ਦਾ, ਸੋ ਮੰਦਰ ਨਾਨਕ।